ਕਿੱਡੀ ਵਧੀਆ ਗੱਲ ਸੁਣਾਈ ਇਹਨਾਂ ਨੇ ਕਿ ਮੈਂ ਉਹ ਹਾਲਤ ਚ ਸਾਂ ਕਿ ਲੋਕੀ ਮੈਨੂੰ ਦਿਵਾਲੀ ਦਿੰਦੇ ਸੀ ਕਹਿੰਦੇ ਗੁਰੂ ਰਾਮਦਾਸ ਜੀ ਨੇ ਉੱਥੇ ਪਹੁੰਚਾ ਤਾ ਤੈਨੂੰ ਦਿਵਾਲੀਆਂ ਵੰਡਣ ਵਾਲਾ ਬਣਾ ਦਿੰਦਾ ਵੰਡਣ ਵਾਲਾ ਇਹਨਾਂ ਬਚਨ ਸੁਣਾਇਆ ਤੇ ਮੈਨੂੰ ਬਚਪਨ ਯਾਦ ਆ ਗਿਆ ਸਾਡੇ ਵੀ ਬਚਪਨ ਚ ਗਰੀਬੀ ਇੰਨੀ ਸੀ ਕਿ ਜੇ ਦਸ ਦਿਨ ਲਈ ਘਰ ਮਿਸਤਰੀ ਲਾਣੇ ਤੇ ਮਜ਼ਦੂਰ ਨੀ ਲਾਣਾ ਮਜ਼ਦੂਰ ਵਾਲਾ ਕੰਮ ਆਪ ਕਰਨਾ ਵੀ ਉਹ ਦਿਹਾੜੀ ਬਚ ਜੇ ਗਰੀਬੀ ਇੰਨੀ ਚੌਂਕ ਜੈ ਸਿੰਘ ਮੰਗਲ ਲਵਾਈ ਹੁੰਦਾ ਸੀ ਉਹਦੇ ਉੱਤੇ ਸਾਡੀ ਰਿਹਾਇਸ਼ ਸੀ ਸਾਡੇ ਪਿਤਾ ਜੀ ਨੇ ਮਾਤਾ ਜੀ ਨੇ ਉਹ ਲਵਾਈ ਕੋਲੋਂ ਪਾ ਦੁੱਧ ਰਾਤੀ ਸਾਨੂੰ ਲੈ ਕੇ ਦੇਣਾ ਵੀ ਅੱਜ ਤੁਸੀਂ ਸਾਰਾ ਦਿਨ ਮਿਸਤਰੀਆਂ ਨਾਲ ਲੱਗੇ ਰਹੇ ਹੋ ਤੇ ਦੁੱਧ ਪੀ ਲੈ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਪਰ ਚਲੋ ਕਈ ਵਾਰੀ ਪਿਆਰ ਚ ਨਿਕਲ ਜਾਂਦੀਆਂ ਕਲੀ ਮੈਂ ਆਪ ਕਰਦਾ ਰਿਹਾ ਘਰ ਇਹ ਬਚਨ ਸੁਣਾ ਰਹੇ ਸੀ ਦਿਵਾਲੀਆਂ ਵੰਡਣ ਵਾਲਾ ਤੇ ਮੇਰੇ ਉਹ ਯਾਦ ਆ ਗਿਆ ਮੈਂ ਕਿਹਾ ਮਿਸਤਰੀਆਂ ਨਾਲ ਮਜ਼ਦੂਰ ਦਾ ਕੰਮ ਆਪ ਕਰਦੇ ਸੀ ਅੱਜ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਜੀ ਨੇ ਸੌਵਾਂ ਦੀ ਗਿਣਤੀ ਵਿੱਚ ਮਿਸਤਰੀ ਮਜ਼ਦੂਰ ਸਾਰੇ ਕਾਰਜ ਕਰਦੇ ਨੇ ਕਿੱਥੇ ਦਾ ਕਿੱਥੇ ਗੁਰੂ ਨੇ ਪਹੁੰਚਾ ਦਿੱਤਾ ਉਹਦੀ ਕਿਰਪਾ ਹੁਣ ਕਲੀ ਘੱਟ ਗਈ ਚੱਲ ਕਲੀ ਹੁੰਦੀ ਘਰਾਂ ਚ ਹੁਣ ਘੱਟ ਗਈ ਹੁਣ ਪੇਂਟ ਹੋ ਗਿਆ ਰੋਗਨ ਹੋ ਗਿਆ ਹੋ ਗਿਆ ਕਿਉਂਕਿ ਤੁਸੀਂ ਪਵਿੰਡ ਸਾਹਿਬ ਬਹੁਤ ਕਿਤੇ ਸਾਲ ਚ ਦੋ ਤਿੰਨ ਵਾਰੀ ਜਾਂਦੇ ਪੂਲਾ ਸਾਹਿਬ ਭਾਈ ਤਾਰੂ ਸਿੰਘ ਸਾਹਿਬ ਤੇ ਜਾਂ ਪਊ ਹੁਣ ਉੱਥੇ ਕਿੰਨੇ ਹੀ ਰੋਗਨ ਵਾਲੇ ਆ ਵੇਲ ਹੀ ਨਹੀਂ ਮਿਲਦਾ ਦੋ ਕੰਮ ਕਰ ਰਹੇ ਹੁੰਦੇ ਅਗਲੇ ਦੋ ਤਿਆਰ ਹੁੰਦੇ ਉਹ ਹੁੰਦੇ ਅਗਲੇ ਹੋਰ ਤਿਆਰ ਹੁੰਦੇ ਕੀ ਮਿਸਤਰੀ ਕੀ ਮਜ਼ਦੂਰ ਕੀ ਰੋਗਨ ਵਾਲੇ ਕੀ ਲੁਹਾਰ ਕੀ ਹੈ ਲੋਹੇ ਦਾ ਕੰਮ ਕਰਨ ਵਾਲੇ ਇਹਨਾਂ ਬਚਨ ਸੁਣਾਇਆ ਤੇ ਮੈਂ ਕਿਹਾ ਵੇਖੋ ਵਾਕੇ ਗੁਰੂ ਰਾਮਦਾਸ ਜੀ ਅਸੀਂ ਆਪ ਕਲੀਆਂ ਕਰਨ ਵਾਲੇ ਅੱਜ ਤੁਸੀਂ ਕਿੰਨੀ ਕਿਰਪਾ ਤੁਹਾਡੀ ਗੱਜ ਕੇ ਆਖੋ ਸਤਿਨਾਮ।